ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅਸੀਂ ਜੇਲ੍ਹ ਦੇ ਵਿੱਚੋਂ ਆਏ ਹਾਂ, ਕੱਲ੍ਹ ਸਮੁੱਚੇ ਪੰਥ ਦਾ ਧੰਨਵਾਦ ਕਰਦੇ ਹਾਂ। ਉੱਥੇ ਬਾਪੂ ਸੂਰਤ ਸਿੰਘ ਜੀ, ਇਹ ਬਹੁਤ ਸਾਲ ਪਾਰ ਹੋ ਗਿਆ ਉਹਨਾਂ ਨੂੰ ਬੈਠਿਆਂ ਨੂੰ ਭੁੱਖ ਹੜਤਾਲ 'ਤੇ। ਉਹ ਇੱਕ ਕੌਮ ਦੀ ਖਾਤਰ, ਧਰਮ ਦੀ ਖਾਤਰ, ਉਹ ਇਕੱਲੇ ਕਿਸੇ ਦਾ ਕੰਮ ਨਹੀਂ, ਸਮੁੱਚੇ ਪੰਥ ਲਈ ਲੜ ਰਹੇ ਨੇ। ਉਹਨਾਂ ਦਾ ਅਸੀਂ ਬਹੁਤ ਬਹੁਤ ਰਿਣੀ ਹੈ। ਕੋਈ ਐਸੇ ਵੀ ਸਿਰੇ 'ਤੇ ਬੈਠੇ ਨੇ, ਸਮੁੱਚੇ ਪੰਥ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਵੀ ਗੁਰਖੋ ਆਪਾਂ ਸਾਰੇ ਰਲ ਮਿਲ ਕੇ ਬਾਪੂ ਦਾ ਸਾਥ ਦੇਈਏ। ਕਿ ਉਹਨਾਂ ਨੂੰ ਆਪਾਂ ਇਹ ਆਪਣੇ ਫਰਜ਼ ਬਣਦਾ ਵੀ ਆਪਾਂ ਸਾਰੇ ਰਲ ਕੇ ਉਹਨਾਂ ਦਾ ਸਾਥ ਦੇ ਕੇ ਆਪਾਂ ਜਿਹੜਾ ਕੰਮ ਰਹਿੰਦਾ ਉਹ ਸਿਰੇ ਲਾਈਏ। ਇਹ ਨਾ ਵੀ ਆਪਾਂ ਕੋਈ ਉੱਧਰ ਖਿੱਚੇ ਕੋਈ ਉੱਧਰ ਖਿੱਚੇ। ਬਾਕੀ ਬਾਪੂ ਜੀ ਦੇ ਬਾਰੇ ਕੁਛ ਆਪਾਂ ਸਾਰੇ ਰਮ ਕੇ ਆਪਾਂ ਕੋਈ ਦੂਸ਼ਣਬਾਜ਼ੀ ਤੋਂ ਵੀ ਬਚਣਾ ਗਾ। ਉਹ ਆਪਣੇ ਫੁੱਟ ਪੈਂਦੀ ਹੈ ਇਹ ਪੰਥ 'ਚ, ਫੁੱਟ ਤੋਂ ਵੀ ਬਚਣਾ ਆਪਾਂ ਵੀ ਸਾਰੇ ਰਲ ਮਿਲ ਕੇ। ਸਭ ਦੇ ਫਰਜ਼ ਇਹ ਬਣਦਾ ਕਿ ਬਾਪੂ ਸੂਰਤ ਸਿੰਘ ਦਾ ਜੋ ਕੌਮ ਦੀ ਖਾਤਰ ਆਪ ਕਿੱਡੇ ਬਿਰਧ ਆਦਮੀ ਨੇ, ਉਹ ਵੀ ਉਹਨਾਂ ਦੀ ਮਰਜ਼ੀ ਹੋਵੇ ਤਾਂ ਪਾਸੇ ਹੋ ਕੇ ਬਹਿ ਸਕਦੇ ਨੇ। ਉਹਨਾਂ ਦੀ ਖਾਤਰ ਆਪਾਂ ਨਾਲ ਰਹੀਏ, ਉਹਨਾਂ ਦੇ ਨਾਲ ਰਹਿ ਕੇ ਆਪਾਂ ਸਾਰੇ ਉਹਨਾਂ ਦਾ ਸਾਥ ਦੇਈਏ। ਅਸੀਂ ਇਹੀ ਕਹਾਂਗੇ ਵੀ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕੌਮ ਦੀ ਖਾਤਰ, ਧਰਮ ਦੀ ਖਾਤਰ ਐਨ ਅਖੀਰਲੇ ਸਮੇਂ 'ਤੇ ਬੈਠੇ ਨੇ ਉਹ।